चुनाव नजदीक है, सो नेताओं में शब्दी जंग तेज हो गई है। नेता अपने भाषणों में विरोधी पार्टियों पर जम के आरोप और जुमले कस रहे हैं। जुमले कसते हुए कीचड़ से भरे शब्द बोलते हुए शब्दों की मर्यादा भूल जाते हैं। कुछ ऐसा ही बरनाला में चल रहा है, जहां शब्दों की मर्यादा भूले आम आदमी पार्टी के स्टार प्रचारक नेता भगवंत ने बरनाला में कांग्रेस की हलका महल क्लॉन से विधायक और कैप्टन अमरिंदर के खिलाफ ऐसा बोला कि कांग्रेस को उनकी बानी रास ना आई, तो कांग्रेस ने भी आम आदमी पार्टी को शराबियों की पार्टी कह डाला। आम आदमी पार्टी के विधायकों से तिहाड़ जेल भरी पड़ी है, ये भी कहने से भी हिचकिचाहट महसूस ना की। तब से चली शब्दी जंग अभी तक चल रही है और खूब शब्दी कीचड़ उछाला जा रहा है। इस कीचड़ उछाल राजनीति को समझने के लिए आपको कुछ पुराने वीडियो दिखाते हैं। ये कहानी तब शुरू हुई जब कांग्रेस की हलका महल क्लान से विधायक का 20 रुपए का माथा टेकने के बाद 100 रुपए उठाने का वीडियो सामने आया था। आप भी सुनिए किस नेता ने क्या कहा। ਅਸੀਂ ਤਾਂ ਇਹ ਕਹਿੰਦੇ ਵੀ ਪਹਿਲਾਂ ਇਹ ਆਪਦੀ ਪੀੜ੍ਹੀ ਥੱਲੇ ਸੁੱਟਾਂ ਮਾਰਨ। ਸਭ ਤੋਂ ਵੱਧ ਕਰਪਟ ਸ਼ਰਾਬੀ ਕੋ ਅਭੀ ਤਾਂ ਇਹਨਾਂ ਦੀ ਪਾਰਟੀ ਨੇ। ਤੁਸੀਂ ਦਿੱਲੀ ਦੇ ਵਿੱਚ ਦੇਖ ਲਓ, ਅੱਧੀ ਤਿਹਾੜ ਜੇਲ੍ਹ ਆ ਜਿਹੜੀ ਇਹਨਾਂ ਦੇ ਬੰਦਿਆਂ ਨਾਲ, ਪਰਚਿਆਂ ਨਾਲ ਭਰੀ ਪਈ ਹੈ, ਖੁਦ MLA ਹੋਣ ਨਾਲ। ਸਾਡੇ ਤਾਂ ਕਿਸੇ ਬੰਦੇ 'ਤੇ ਕੋਈ ਇਹੋ ਜਿਹੀ ਗੱਲ ਹੀ ਨਹੀਂ ਹੈ। ਜੇ ਝੂਠੇ ਬਿਆਨ ਨੇ ਇਹਨਾਂ ਦੇ, ਬਿਲਕੁਲ ਬੇਬੁਨਿਆਦ ਨੇ ਇਹ। ਜਿਹੜਾ ਹੁਣ 2017 ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਉਹਦੇ ਵਿੱਚ ਲੋਕ ਰਿਜ਼ਲਟ ਦੱਸਣਗੇ ਇਹਨਾਂ ਨੂੰ ਕੀ ਹੋਣਾ ਇਹਨਾਂ ਦਾ ਹਾਲ। ਇਹਨਾਂ ਦਾ ਖਾਤਾ ਵੀ ਨਹੀਂ ਖੁੱਲ੍ਹਣਾ ਹੈ ਕਿਤੇ। ਇਹਨਾਂ ਦਾ ਭਾਂਤ ਭਾਂਤ ਦੇ ਬੰਦੇ ਇਕੱਠੇ ਕਰਕੇ ਟਿਕਟਾਂ ਦੇ ਰਹੇ ਨੇ, ਟਿਕਟਾਂ ਵੇਚ ਰਹੇ ਨੇ, ਐਡੇ ਵੱਡੇ ਰੌਲੇ ਪੈ ਗਏ ਵੀ ਇਹ ਪੈਸਿਆਂ ਤੋਂ ਬਿਨਾਂ ਟਿਕਟ ਨਹੀਂ ਦਿੰਦੇ। ਜਿਹੜੇ ਇਹਨਾਂ ਦੇ ਪੁਰਾਣੇ ਵਲੰਟੀਅਰ ਸੀ, ਮੈਕਸਿਮ ਭੱਜ ਚੁੱਕੇ ਨੇ ਉਹ। ਸਭ ਤੋਂ ਵੱਡੀ ਇੱਕ ਤੁਹਾਡੇ ਕੋਲ ਤਾਜ਼ਾ ਮਿਸਾਲ ਆ, ਇੱਕ ਇਮਾਨਦਾਰ ਸੀ ਸੁੱਚਾ ਸਿੰਘ ਛੋਟੇ ਪੁੱਤ, ਉਹਨੂੰ ਵੀ ਇਹਨਾਂ ਨੇ ਤਾਂ ਬਖਸ਼ਿਆ ਨੇ, ਉਹਨੂੰ ਕੱਢ ਕੇ ਮਾਰਿਆ, ਉਹ ਤੋਂ ਵੀ ਪੈਸੇ ਮੰਗਦੇ ਸੀ। ਇਹ ਕਿਸੇ ਨੂੰ ਕੀ ਇਲਜ਼ਾਮ ਲਾਉਣਗੇ? ਪਹਿਲਾਂ ਮੈਂ ਤਾਂ ਸੋ ਇਹੀ ਬੇਨਤੀ ਕਰਦਾ ਵੀ ਇਹ ਆਪਦਾ ਪਹਿਲਾਂ ਘਰ ਸਾਫ਼ ਕਰਨ, ਫਿਰ ਗਾਂ ਕਿਸੇ ਇਲਜ਼ਾਮ ਲਾਉਣ। ਨਹੀਂ, ਉਹ ਤਾਂ 20 ਟੇਕ ਕੇ 100 ਚੱਕ ਰਹੇ ਨੇ। ਕਾਂਗਰਸ ਕੋਲੇ ਹੈ ਹੀ ਇਹੋ ਜਿਹੇ ਨੇ, ਕੈਪਟਨ ਅਮਰਿੰਦਰ ਸਿੰਘ ਦੇ ਖਾਤੇ ਖੁੱਲੇ ਪਏ ਨੇ ਸੀ ਅਸੀਂ ਪਿਛਲੇ 1.5 ਮਹੀਨੇ ਤੋਂ, ਅਰਵਿੰਦ ਕੇਜਰੀਵਾਲ, ਪ੍ਰਨੀਤ ਕੌਰ ਦਾ ਤੇ ਰਣਿੰਦਰ ਸਿੰਘ ਦਾ ਖਾਤਾ ਨੰਬਰ ਦੱਸ ਰਿਹਾ, ਜਿੱਥੇ ਕਰੋੜਾਂ ਡਾਲਰ ਪਏ ਨੇ। ਉਹ ਕਾਲਾ ਤਾਂ ਲੈ ਕੇ ਆਉਣਾ। ਗੱਲ ਕਹਿ ਰਹੀ ਹੈ ਵੀ ਆਪ ਪਾਰਟੀ ਸ਼ਰਾਬੀਆਂ ਦੀ ਪਾਰਟੀ ਹੈ, ਜ਼ਿਆਦਾਤਰ MLA ਤਿਹਾੜ ਜੇਲ੍ਹ 'ਚ ਨੇ। ਤਿਹਾੜ ਜੇਲ੍ਹ 'ਚ ਜ਼ਿਆਦਾਤਰ MLA ਸਾਡੇ ਕਿਹਨੇ ਕੀਤੇ ਨੇ? ਮੋਦੀ। ਸਿਰਫ ਆਮ ਆਦਮੀ ਪਾਰਟੀ ਤੋਂ ਹੀ ਡਰ ਕਿਉਂ ਲੱਗਦਾ? ਸਾਡੇ MLA ਨੂੰ ਚੱਕਣ ਵਾਸਤੇ ਜਹਾਜ਼ 'ਤੇ ਚਲੇ ਜਾਂਦੇ ਨੇ, ਜਹਾਜ਼ 'ਤੇ। ਪੰਜਾਬ ਪੁਲਿਸ ਇੰਨੀ ਤੇਜ਼ ਹੋ ਜਾਂਦੀ ਹੈ ਉਸ ਵੇਲੇ ਕਾਨੂੰਨ ਇੰਨਾ ਆਪਣੀ ਐਕਸ਼ਨ ਲੈਣ ਲੱਗਦਾ। ਹਜੇ ਤੱਕ ਬਰਗਾੜੀ ਜਿਹੜਾ ਕਾਂਡ ਹੋਇਆ ਸੀ ਬੇਅਦਬੀ, ਉਹਦਾ ਇੱਕ ਬੰਦਾ ਨਹੀਂ ਫੜਿਆ ਗਿਆ। ਨਾਭੇ ਵਾਲੇ ਕਿੱਥੇ ਨੇ? ਕੋਈ ਬੰਦਾ ਨਹੀਂ ਫੜਿਆ ਗਿਆ। ਹਰ ਗੱਲ 'ਚ ਪਾਕਿਸਤਾਨ ਦਾ ਹੱਥ ਕਹਿ ਦਿੰਦੇ ਨੇ, ਇਹ ਇਹਨਾਂ ਦੀ ਬਖਲਾਹਟ ਹੈ। ਇਹ ਜਿਹੜੇ ਇਹਨਾਂ ਨੇ ਕੈਪਟਨ ਸਾਹਿਬ ਦੇ ਖਿਲਾਫ ਬਿਆਨ ਦਿੱਤਾ, ਬਿਲਕੁਲ ਸਰੇਆਮ ਗਲਤ ਆ, ਬਿਲਕੁਲ ਝੂਠਾ। ਇਹ ਤੁਸੀਂ ਇੱਕ ਚੈੱਕ ਕਰ ਲਓ, ਜਿਹੜਾ ਭਗਵੰਤ ਮਾਨ ਆ ਉਹ 1 ਨੰਬਰ ਦਾ ਸ਼ਰਾਬੀ ਆ। ਉਹ ਮਹਾਰਾਜ ਸਾਹਿਬ ਗੁਰੂ ਸਾਹਿਬ ਦੇ ਵੀ ਹਾਜ਼ਰੀ ਦਾਰੂ ਪੀ ਕੇ ਫੜਿਆ ਗਿਆ। ਸਟੇਜ ਤੋਂ ਜਦੋਂ ਉਤਰਦਾ ਉਹਦਾ ਜਦੋਂ ਮਰਜ਼ੀ ਡਾਕਟਰੀ ਮਿਲਾਇਆ ਕਰੋ, ਉਹਦੀ ਦਾਰੂ ਪੀਤੀ ਆਊਗੀ ਸਾਬਤ ਹੋਊਗੀ। ਇਹ ਬਿਲਕੁਲ ਝੂਠਾ। ਇਹਨਾਂ ਕੋਲ ਕੈਪਟਨ ਦੇ ਖਿਲਾਫ਼ ਹੋਰ ਕੋਈ ਮੁੱਦਾ ਨਹੀਂ, ਤਾਂ ਕਰਕੇ ਬੇਬਿਨਾਦ ਝੂਠ ਲਾਉਂਦੇ ਆ। ਅਸੀਂ ਇਹਨਾਂ ਦਾ ਪੁਰਜ਼ੋਰ ਖੰਡਨ ਕਰਦੇ ਹਾਂ ਵੀ ਇਹ ਸਰਾਸਰ ਗਲਤ ਹੈ। कैप्टन अमरिंदर शाम 6 बजे के बाद खुद कंट्रोल में नहीं रहते, उनको अपने बारे में ध्यान देना चाहिए। शाम 6 बजे के बाद उनको एक के बाद एक ग्लास पकड़ाई जाती है और उसका चस्का लेते रहते हैं। उनके उनके पास अब कोई बौखलाहट में फर्जी आरोप लगाने के अलावा कोई दूसरा रास्ता नहीं है। तो बौखलाहट में इस प्रकार की बातें बोल रहे हैं, उनकी बात का कोई महत्व तो नहीं है। स्विट्जरलैंड के बैंक में कैप्टन अमरिंदर और उनके परिवार के खाते हैं, उसके नंबर हम लोगों ने बताए हैं, अरविंद केजरीवाल जी ने बताए हैं। अगर वो गलत है तो वो मानहानि का केस करें, हमारे ऊपर मुकदमा करें। अमित सचदेवा, ब्यूरो चीफ लुधियाने के साथ विशाल मन, दिव्य पंजाब TV।